की हाल ने साथियों, अज एक होर नवी अपडेट आ गई है। सेंटर सरकार ने नवी अपडेट दी है SSC बोर्ड के अधीन किहड़े 10वें गेट दीआं पोस्टां कढ़ीआं ने SSC बोर्ड ने, उहदे विच अलग अलग वैकेंसी आउणगीआं, अलग अलग विभाग चोणगीआं, ते अजे उहदा कोई नोटिफिकेशन नहीं गा। अजे कल्ला उहनां ने ऐ दस्सिआ वी किवें किवें उहनां नूं करना प्रोसैस, जिवें MTS दीआं पोस्टां होंदीआं उवें इक तरह दी पोस्ट ने। इह रैंक थोड़ा जिहा हाई है, इह रैंक थोड़ा जिहा हाई है। ਇਹਦੇ ਵਿੱਚ ਕੀ ਕੀਤਾ ਇਹਨਾਂ ਨੇ, ਪੋਸਟਾਂ SSC ਨੇ ਕੱਢੀਆਂ, ਪੋਸਟਾਂ ਕੱਢੀਆਂ 2000 ਦੇ ਕਰੀਬ, 1920 ਪੋਸਟਾਂ ਕੱਢੀਆਂ ਇਹਨਾਂ ਨੇ, 1920 ਪੋਸਟਾਂ। ਇਹ ਅਪਲਾਈ ਕਦੋਂ ਹੋਣੀਆਂ ਸਟਾਰਟ ਹੋਣਗੀਆਂ, 12 ਮਈ ਨੂੰ ਸਟਾਰਟ ਹੋਣਗੀਆਂ। ਇੱਕ ਦੱਸੀ ਦੀ ਕੰਮ 12 ਮਈ ਨੂੰ ਆ ਹੋਊਗੀ, 15 ਮਈ ਨੂੰ ਕਲਰਕ ਵਾਲੀਆਂ ਹੋ ਜਾਣਗੀਆਂ, ਤੇ 19 ਮਈ ਨੂੰ ਕਿਹਦੀਆਂ ਹੋ ਜਾਣਗੀਆਂ, ਵਣ ਵਿਭਾਗ ਦੀਆਂ ਇਹ ਪੋਸਟਾਂ ਆ ਗਈਆਂ। ਅਜੇ ਹੋਰ ਵੀ ਨਵੀਆਂ ਅਪਡੇਟ ਆਉਣਗੀਆਂ, ਪੋਸਟ ਆਉਣਗੀਆਂ, ਬਸ ਤੁਸੀਂ ਧਿਆਨ 'ਚ ਰੱਖਿਓ, ਪੜ੍ਹਾਈ ਦੇ ਨਾਲ ਰਿਲੇਟਡ ਦੇ ਰਹੋ, ਟੱਚ 'ਚ ਰਹੋ। अगली है कि लास्ट डेट 13 जून तक होगी, कहते लास्ट डेट 13 जून तक होगी। यह मन के ना चलो, जिद आ गई 12 मई को अपडेट आ गई, अपलाई होने लग गई, ना दिन अपलाई करना स्टार्ट कर। दूजी एग्जाम कदों रहेंगे, इन्होंने अगस्त के पेपर लै लेना, अटेंड कर लेना। तो उस बाद एज लिमिट रखी है, इन्होंने एज रखी है 18 तो 25 साल। कि जेडे मुंडे 10वीं या प्लस टू की है, जिन्हें कुड़ियां मुंडिया ने 10वीं या प्लस टू, ਉਹਦੇ ਵਿੱਚ ਕੀ ਹੋਊਗਾ, ਉਹਨਾਂ ਦੀ ਉਮਰ ਹੋਊਗੀ 18 ਤੋਂ 25, ਉਹਨਾਂ ਦੀਆਂ ਅਲੱਗ ਵਕੈਂਸੀਆਂ ਆਉਣਗੀਆਂ, ਉਹਦਾ ਮਤਲਬ ਲੋਅਰ ਲੈਵਲ ਦੀਆਂ ਹੋਣਗੀਆਂ। ਜਿਹੜੇ ਹੋਣਗੇ ਗ੍ਰੈਜੂਏਸ਼ਨ ਵਾਲੇ, ਉੱਪਰ ਲੈਵਲ ਦੀਆਂ ਪੋਸਟਾਂ ਹੋਣਗੀਆਂ, ਉਹਦੇ ਵਿੱਚ ਕੀ 18 ਤੋਂ 30 ਸਾਲ, 18 ਤੋਂ 30 ਸਾਲ ਦੀ ਉਮਰ ਚਾਹੀਦੀ ਆ। ਉਹ ਪਤਾ ਲੱਗ ਗਿਆ ਹੁਣ, ਏਜ ਹੋ ਗਈ ਇੱਕ ਤਾਂ 18 ਤੋਂ 25 ਵਾਲੀ, ਇੱਕ ਹੋ ਗਈ 18 ਤੋਂ 30 ਵਾਲੀ, ਏਜ ਦੋ ਹੋ ਗਈਆਂ ਉਹ ਗ੍ਰੈਜੂਏਸ਼ਨ ਵਾਲੇ ਨਾਲ। ਪਰ ਇਹਨਾਂ ਦੀ ਯੋਗਤਾ ਕੀ ਹੋਈ, ਇੱਕ ਤਾਂ 10ਵੀਂ ਵਾਲੇ ਇੱਕ ਹੋਣਗੇ, ਇੱਕ ਪਲੱਸ ਟੂ ਵਾਲੇ, ਅਤੇ ਇੱਕ ਗ੍ਰੈਜੂਏਸ਼ਨ ਵਾਲੇ। 3 ਤਰ੍ਹਾਂ ਦੀਆਂ ਪੋਸਟਾਂ ਆਉਣਗੀਆਂ, 3 ਲੇਵਲ ਹੋਣਗੇ ਪੋਸਟਾਂ ਦੇ, 18 ਤੋਂ 25 ਵਾਲੇ ਹੋਣਗੇ 10ਵੀਂ ਅਤੇ ਪਲੱਸ ਟੂ ਵਾਲੇ, ਅਤੇ 18 ਤੋਂ 30 ਵਾਲੇ ਹੋਣਗੇ ਗ੍ਰੈਜੂਏਸ਼ਨ ਵਾਲੇ। ਹਾਲਾਂਕਿ ਉਹ ਪਲੱਸ ਟੂ ਵਾਲੇ ਆਪ ਵੀ ਭਰ ਸਕਦੇ ਆ, ਆਪ ਵਕੈਂਸੀ ਵੀ ਭਰ ਸਕਦੇ ਆ ਗ੍ਰੈਜੂਏਸ਼ਨ ਵਾਲੇ, 18 ਤੋਂ 30 ਸਾਲ ਵਾਲੀ ਭਰਤੀ, ਤਾਂ ਪਲੱਸ ਟੂ ਵਾਲੇ ਵੀ ਭਰ ਸਕਦੇ, ਕਿਉਂਕਿ ਪਲੱਸ ਟੂ ਤਾਂ ਹੋਈ ਹੋਊ, ਉਹਨੇ 10ਵੀਂ ਵੀ ਹੋਈ ਹੋਊ, ਜਿਵੇਂ ਪਲੱਸ ਟੂ ਵਾਲੇ ਹੀ ਭਰ ਸਕਦੇ, ਪਲੱਸ ਟੂ ਵਾਲੇ ਤਾਂ ਭਰ ਹੀ ਰਹੇ ਨੇ, ਗ੍ਰੈਜੂਏਸ਼ਨ ਵਾਲੇ ਨੂੰ ਅਪਰਚੁਨਿਟੀ ਹੋਊ, ਇਹ ਚੀਜ਼ਾਂ ਭਰ ਸਕਦੇ ਆ। ਉਹਦੇ ਵਿੱਚ ਕੀ ਹੋਰ ਕੀ, ਉਹਦੇ ਵਿੱਚ ਪੇਪਰ ਪਹਿਲਾਂ ਤਾਂ ਹੋਊਗਾ ਰਿਟਨ ਟੈਸਟ, ਰਿਟਨ ਟੈਸਟ ਤੋਂ ਬਾਅਦ ਕੀ ਹੋਊਗਾ, ਉਸ ਤੋਂ ਬਾਅਦ ਹੋਊਗਾ ਉਹਨਾਂ ਦਾ ਸਕਿੱਲ ਟੈਸਟ, ਸਕਿੱਲ ਟੈਸਟ ਤੋਂ ਬਾਅਦ ਕੀ ਹੋਊਗਾ, ਜਿਹੜੇ ਹੋਰ ਪੇਪਰ ਆਉਂਦੇ ਆਪਣੇ ਮੈਡੀਕਲ ਕੁਆਲੀਫਿਕੇਸ਼ਨ ਪੇਪਰਾਂ ਦੀ, ਜਿਹੜੇ ਤੁਹਾਡੇ ਲਿਖਦੇ ਹੋਣੇ ਮਤਲਬ ਸਰਟੀਫਿਕੇਟ ਡਾਕੂਮੈਂਟਾਂ ਦੀ ਕੀ ਹੋਣੀ ਹੈ ਵੈਰੀਫਿਕੇਸ਼ਨ, ਉਸ ਤੋਂ ਬਾਅਦ ਕੀ ਹੋਣਾ, ਉਸ ਤੋਂ ਬਾਅਦ ਤੁਹਾਡਾ ਮੈਡੀਕਲ ਟੈਸਟ ਹੋਣਾ। ਰਿਟਨ ਟੈਸਟ ਦੇ ਵਿੱਚ ਕਿਹੜੇ ਸਬਜੈਕਟ ਲੈਣਗੇ, ਰਿਟਨ ਟੈਸਟ ਇੰਗਲਿਸ਼, GK, ਰੀਜਨਿੰਗ ਅਤੇ ਮੈਥ, ਇਹ 4 ਸਬਜੈਕਟ ਨੇ, 25-25 ਨੰਬਰਾਂ ਦੇ ਹੋਣਗੇ, ਅਤੇ 25-25 ਕੁਐਸਚਨ ਹੋਣਗੇ, ਅਤੇ 100 ਕੁਐਸਚਨ ਹੋਊਗਾ, ਅਤੇ 200 ਨੰਬਰਾਂ ਦਾ ਪੇਪਰ, ਹਰੇਕ ਕੁਐਸਚਨ ਦੇ 2 ਨੰਬਰ ਹੋਣਗੇ, ਨੈਗੇਟਿਵ ਮਾਰਕਿੰਗ 4th ਹਿੱਸਾ ਹੋਊਗੀ। ਅਤੇ ਇਹ ਤਾਂ ਹਲੇ ਅਗਸਤ 'ਚ ਰਹਿਣਾ, ਉਦੋਂ ਆਪਾਂ ਤਿਆਰੀ ਕਰ ਲਾਂਗੇ, ਅਤੇ ਬਸ ਤੁਸੀਂ ਰੱਖਿਓ, ਬਸ ਪੋਸਟਾਂ ਅਪਲਾਈ ਕਰ, ਪੋਸਟਾਂ ਅਪਲਾਈ ਕਰ ਦਿਓ, ਅਤੇ ਨਾਲ ਦੀ ਨਾਲ ਕੀ ਤੁਹਾਡੀ ਤਿਆਰੀ ਸਟਾਰਟ ਕਰ, ਬੈਚ ਸਟਾਰਟ ਹੋ ਚੁੱਕੇ ਨੇ ਤਿਆਰ ਹੋਣੀ ਪਹਿਲੀ, ਜਿਹਨੇ ਆ ਕੇ ਕਰਨਾ ਆ ਚੁੱਕੇ ਤਿਆਰੀ ਕਰ ਸਕਦਾ ਤਾਂ ਕਰ ਸਕਦਾ, ਨਹੀਂ ਔਨਲਾਈਨ ਵੀਡੀਓ ਵੀ ਆਪਾਂ ਅਪਲੋਡ ਕਰ ਰਹੇ ਹਾਂ, ਉੱਥੋਂ ਦੇਖ ਕੇ ਵੀ ਕਰ ਸਕਦਾ ਤਿਆਰੀ। ਬਸ ਸਭ ਜਾਣੇ ਧਿਆਨ 'ਚ ਰੱਖਿਓ, ਇਹ ਕਦੋਂ ਅਪਲਾਈ ਹੋਣੀ ਆ, 12 ਮਈ, ਅਤੇ ਇਹਦੇ ਵਿੱਚ ਵਧੀਆ ਪੋਸਟਾਂ ਨੇ SSC ਬੋਰਡ ਦੇ ਅੰਦਰ ਨੇ, ਸੈਂਟਰ ਸਰਕਾਰ ਦੇ ਅਧੀਨ ਆ, ਜੋਬ ਲੋਕੇਸ਼ਨ ਸਾਰੇ ਆਲ ਓਵਰ ਇੰਡੀਆ 'ਚ, ਕਿਤੇ ਵੀ ਜੋਬ ਹੋ ਸਕਦੀ ਹੈ, ਕਿਤੇ ਵੀ ਲੋਕੇਸ਼ਨ ਹੋ ਸਕਦੀ ਹੈ ਬੰਦੇ ਦੀ, ਐਂ ਨਹੀਂ ਹੈਗਾ ਵੀ ਕਿੰਨੇ ਪੰਜਾਬ 'ਚ ਹੀ ਹੋਊਗੀ, ਕਿਤੇ ਵੀ ਹੋ ਸਕਦੀ ਆ। ਅਤੇ ਇਹਨਾਂ ਦੀ ਫੀਸ ਅਲੱਗ ਅਲੱਗ ਰੱਖਣਗੇ, ਆਉਣ ਦੇ ਪਤਾ ਲੱਗੂਗਾ 100 ਰੁਪਇਆ ਫੀਸ ਆ ਜਾਂ ਕਿੰਨੀ ਆ, ਇੰਨੀ ਕੀ ਹੁੰਦੀ ਆ, ਇਹਨਾਂ ਦੀ ਤਾਂ ਘੱਟ ਹੀ ਹੁੰਦੀ ਹੈਗੀ, ਇਹਦੀ 100 ਰੁਪਇਆ ਫੀਸ ਕਿਸਦੀ ਕੁੜੀਆਂ ਦੀ ਹੋਣੀ ਨਹੀਂ ਇਹਦੇ ਵਿੱਚ। ਹਾਲਾਂਕਿ ਜਿਵੇਂ ਪਹਿਲਾਂ ਪੜ੍ਹਾਉਂਦੇ ਸੀ, ਪਹਿਲਾਂ ਵਿੱਚ EWS ਅਤੇ ਜਰਨਲ ਅਤੇ OBC ਦੀ ਸੀਗੀ 100 ਰੁਪਏ, ਬਾਕੀਆਂ ਦੀ ਕਿਸੇ ਦੀ ਵੀ ਫੀਸ ਨਹੀਂ, ਨਾ ਕਿਸੇ ਕੁੜੀਆਂ ਦੀ ਫੀਸ ਲੈਤੀ ਨਹੀਂ ਆਉਂਦੀ। ਅਤੇ ਉਸ ਤੋਂ ਬਾਅਦ ਪੇਪਰ ਦੀ ਤਿਆਰੀ ਰੱਖਿਓ, ਫਿਜ਼ੀਕਲ ਟੈਸਟ ਜਿਹੜਾ ਸਕਿੱਲ ਟੈਸਟ ਹੋਊਗਾ, ਉਹ ਜਿਹੜੀ ਆਪਾਂ ਯੋਗਤਾ ਦੇ ਹਿਸਾਬ 'ਤੇ ਜਾਵਾਂਗੇ, ਜਿਹੜੀ ਆਪਾਂ ਵਕੈਂਸੀ ਚੁਣਾਂਗੇ ਉਹਦੇ ਹਿਸਾਬ 'ਤੇ ਆਪਣਾ ਟੈਸਟ ਹੋਊਗਾ, ਟਾਈਪਿੰਗ ਟੈਸਟ ਹੋਊਗਾ ਜਾਂ ਕੋਈ ਹੋਰ ਕੋਈ ਸਕਿੱਲ ਦਾ ਟੈਸਟ ਹੋਊਗਾ, ਉਹ ਲਹਿੰਦੇ ਤੌਰ 'ਤੇ ਹੋਊਗਾ ਜਿਹੜੀ ਆਪਾਂ ਵਕੈਂਸੀ ਚੁਣਾਂਗੇ। ਓਕੇ, ਥੈਂਕ ਯੂ, ਆਲ ਦੀ ਬੈਸਟ।